ਬਰਸਾਤਾਂ ਦਾ ਮੌਸਮ ਹੈ ਪਰ ਫਿਰ ਵੀ ਕੁਝ ਅਜਿਹੇ ਲੋਕ ਨੇ ਜੋ ਕਿ ਨਜਾਇਜ਼ ਮਾਈਨਿੰਗ ਕਰਨ ਵਿੱਚ ਲੱਗੇ ਹੋਏ ਨੇ। ਹੁਣ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ, ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਉਸ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਇਸ ਦੌਰਾਨ ਜਿਹੜੇ ਲੋਕ ਸਨ ਜੋ ਨਜਾਇਜ਼ ਮਾਈਨਿੰਗ ਕਰ ਰਹੇ ਸਨ ਉੱਥੋਂ ਦੀ ਫਰਾਰ ਹੋ ਗਏ, ਜਦਕਿ ਪੁਲਿਸ ਨੇ JCB ਮਸ਼ੀਨ ਅਤੇ ਇੱਕ ਟਿੱਪਰ ਜੋ ਕਿ ਹਰਿਆਣਾ ਨੰਬਰ ਪਲੇਟ ਦਾ ਸੀ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ। ਪੁਲਿਸ ਦੇ ਜਿਹੜੇ ਅਧਿਕਾਰੀ ਉਸ ਮੌਕੇ ਦੇ ਉੱਤੇ ਪਹੁੰਚੇ ਸਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਜੋ ਵਿਭਾਗ ਹੈ ਨਾ ਮਾਈਨਿੰਗ ਵਿਭਾਗ ਹੈ ਉਹਨਾਂ ਨੂੰ ਇਸ ਬਾਬਤ ਜਾਣਕਾਰੀ ਦੇ ਦਿੱਤੀ ਹੈ ਅਤੇ ਜੋ ਵਿਭਾਗ ਹੁਣ ਕਾਰਵਾਈ ਅਮਲ ਦੇ ਵਿੱਚ ਲਿਆਵੇਗਾ ਉਸ ਦੇ ਤਹਿਤ ਹੀ ਜੋ ਹੈ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਜੁਰਮਾਨਾ ਲੱਗਦਾ ਹੋਇਆ ਤਾਂ ਜੁਰਮਾਨਾ ਲਗਾਇਆ ਜਾਵੇਗਾ ਅਤੇ ਜੇਕਰ FIR ਹੋਈ ਤਾਂ ਫਿਰ ਉਹ ਦਰਜ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਜਾਇਜ਼ ਮਾਈਨਿੰਗ ਹੀ ਜੋ ਹੈ ਜਦ ਹੜ੍ਹ ਆਉਂਦੇ ਨੇ ਤਾਂ ਇਸ ਨੂੰ ਇੱਕ ਵੱਡਾ ਮੁੱਖ ਕਾਰਨ ਦੱਸਿਆ ਜਾਂਦਾ ਹੈ ਕਿ ਨਜਾਇਜ਼ ਮਾਈਨਿੰਗ ਜੋ ਹੈ ਉਹੀ ਵੱਡਾ ਜੋ ਹੈ ਖਤਰਾ ਲੋਕਾਂ ਦੇ ਲਈ ਸਾਬਤ ਹੋ ਜਾਂਦੀ ਹੈ। ਪਰ ਕਰਦਾ ਕੁਝ ਕੋਈ ਹੋਰ ਹੈ ਅਤੇ ਭਰਦਾ ਕੋਈ ਹੋਰ ਹੈ। ਇੱਥੇ ਉਹੀ ਗੱਲ ਹੋ ਰਹੀ ਹੈ ਕਿ ਨਜਾਇਜ਼ ਮਾਈਨਿੰਗ ਜੋ ਬੇਸ਼ੱਕ ਹੜ੍ਹ ਵਾਲੀ ਸਥਿਤੀ ਜੋ ਹੈ ਪੰਜਾਬ ਵਿੱਚ ਬਣੀ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਅਜਿਹੇ ਨੇ ਜੋ ਲਗਾਤਾਰ ਅਜਿਹੇ ਕਾਰਜ ਕਰਨ ਵਿੱਚ ਲੱਗੇ ਹੋਏ ਨੇ ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਕੱਲ੍ਹ ਸ਼ਾਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਟਰੋਲੀ ਪਿੰਡ ਦੇ ਅੰਦਰ ਇਲੀਗਲ ਮਾਈਨਿੰਗ ਚੱਲਦੀ ਪਈ ਹੈ। ਆਪਾਂ ਆਪਣੀ ਪੁਲਿਸ ਪਾਰਟੀ ਮੌਕੇ ਤੇ ਭੇਜੀ ਤੇ ਉੱਥੇ ਜਾ ਕੇ ਜਦੋਂ ਵੈਰੀਫਾਈ ਕੀਤਾ ਤੇ ਇੱਕ ਟਿੱਪਰ ਤੇ ਇੱਕ JCB ਉਸ ਟਾਈਮ ਤੇ ਫੁੱਲ ਐਕਸ਼ਨ ਦੇ ਅੰਦਰ ਸੀ। ਉੱਥੇ ਜਾ ਕੇ ਆਪਾਂ ਦੋਨੋਂ ਟਰਾਂਸਪੋਰਟ ਸੀਜ਼ ਕੀਤੇ। ਇਸ ਦੌਰਾਨ ਜਿਹੜਾ ਡਰਾਈਵਰ ਤੇ ਆਪਰੇਟਰ ਸੀ JCB ਐਂਡ ਟਿੱਪਰ ਦਾ, ਉਹ ਦੋਨੋਂ ਮੌਕੇ ਤੋਂ ਫਰਾਰ ਹੋ ਗਏ। ਆਪਾਂ ਲੋਕਾਂ ਦੀ ਸਹਾਇਤਾ ਦੇ ਨਾਲ ਉਹ ਟਿੱਪਰ ਤੇ JCB ਥਾਣੇ ਲੈ ਆਏ। ਮਾਈਨਿੰਗ ਡਿਪਾਰਟਮੈਂਟ ਨੂੰ ਆਪਾਂ ਇਨਫੋਰਮ ਕਰਤਾ, ਹੁਣ ਅੱਗੇ ਦੀ ਕਾਰਵਾਈ ਉਹ ਕਰਨੀ। ਮਸ਼ੀਨਰੀ ਕਿਹੜੀ ਕਿਹੜੀ ਜ਼ਬਤ ਕੀਤੀ ਹੈ? ਇੱਕ ਟਿੱਪਰ ਸੀ ਜਿਹਦੇ ਅੰਦਰ ਰੇਤਾ ਲੋਡਡ ਹੋ ਚੁੱਕਿਆ ਸੀ ਤੇ ਨਾਲ ਇੱਕ JCB ਮਸ਼ੀਨ ਸੀ। ਜਿਹੜਾ ਟਿੱਪਰ ਸਰ ਜ਼ਬਤ ਕੀਤਾ ਗਿਆ ਲੋਡ ਸੀਗਾ ਕਿ ਅਨਲੋਡਡ ਸੀ? ਲੋਡਡ ਸੀਗਾ। ਕਿਹੜੀ ਜਗ੍ਹਾ ਤੋਂ ਫੜਿਆ ਗਿਆ? ਇਹ ਥਰੋਲੀ ਪਿੰਡ। ਕੋਈ ਗ੍ਰਿਫਤਾਰੀ ਵੀ ਪਾਈ ਗਈ ਇਸ ਮਾਮਲੇ? ਇਹ ਗ੍ਰਿਫਤਾਰੀ ਐਸ ਐਚ ਨਹੀਂ ਹੈ ਕਿਉਂਕਿ ਉਹ ਮੌਕੇ ਤੋਂ ਫਰਾਰ ਹੋ ਗਏ। ਮਾਈਨਿੰਗ ਡਿਪਾਰਟਮੈਂਟ ਨੂੰ ਆਪਾਂ ਇਤਲਾਹ ਦਿੱਤੀ ਹੈ, ਜੇ ਉਹ ਬੰਦੀ ਕਾਰਵਾਈ ਕੀਤੀ ਜਾਵੇਗੀ। ਜੇ ਰੂਲਸ ਦੇ ਹਿਸਾਬ ਨਾਲ FIR ਬੰਦੀ ਹੈ ਤਾਂ FIR ਹੋਏਗੀ, ਜੇ ਰੂਲਸ ਦੇ ਹਿਸਾਬ ਨਾਲ ਫਾਈਨ ਹੈ ਤਾਂ ਫਿਰ ਫਾਈਨ ਹੋਏਗਾ।